ਮੈਂ ਕਰਤਾਰ ਸਿੰਘ ਜੌੜਾ, ਨੈਸ਼ਨਲ ਪ੍ਰੈਜ਼ੀਡੈਂਟ ਅਖਿਲ ਭਾਰਤੀ ਸਵਰਨਕਾਰ ਸੰਘ, ਸਟੇਟ ਪ੍ਰੈਜ਼ੀਡੈਂਟ ਪੰਜਾਬ ਸਵਰਨਕਾਰ ਸੰਘ, ਸਟੇਟ ਚੇਅਰਮੈਨ ਪੰਜਾਬ ਪ੍ਰਦੇਸ਼ ਵਪਾਰ ਮੰਡਲ। ਦੇਸ਼ ਦੇ ਸਵਰਨਕਾਰ ਜਵੈਲਰ ਭਰਾਵੋ, ਆਪ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਦੇ ਮੌਜੂਦਾ ਟਰਾਂਸਪੋਰਟ ਮੰਤਰੀ ਸਰ ਲਾਲਜੀਤ ਸਿੰਘ ਭੁੱਲਰ ਨੂੰ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਟਿਕਟ ਦਿੱਤੀ ਗਈ ਹੈ। ਲਾਲਜੀਤ ਸਿੰਘ ਵੱਲੋਂ ਮਿਤੀ 12/4/2024 ਨੂੰ ਮਾਹੀ ਰਿਜ਼ੋਰਟ ਪੱਟੀ ਜ਼ਿਲ੍ਹਾ ਤਰਨ ਤਾਰਨ ਵਿਖੇ ਹੋਏ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਵੱਲੋਂ ਕਾਂਗਰਸ ਪਾਰਟੀ ਦੇ ਇੱਕ ਸਾਬਕਾ MLA ਹਰਮਿੰਦਰ ਸਿੰਘ ਗਿੱਲ ਦੇ ਨਾਲ ਨਿੱਜੀ ਲੜਾਈ ਹੋਣ ਕਾਰਨ ਉਸ ਦੇ ਖਿਲਾਫ ਭਾਸ਼ਣ ਕਰਨ ਸਮੇਂ ਸਵਰਨਕਾਰ ਜਾਤੀ ਅਤੇ ਰਾਮਗੜੀਆ ਮਿਸਤਰੀ ਜਾਤੀ ਦੇ ਬਾਰੇ ਘਟੀਆ ਅਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਆਪਣੇ ਭਾਸ਼ਣ ਵਿੱਚ ਉਸਨੇ ਕਿਹਾ, ਮੈਂ ਕੋਈ ਗੁੱਲੀਘੜ ਸੁਨਿਆਰਾ ਨਹੀਂ, ਤੈਨੂੰ ਕਹਿੰਦੇ ਹਨ ਗੁੱਲੀਘੜ ਸੁਨਿਆਰਾ ਵਗੈਰਾ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਸਮੁੱਚੀ ਸਵਰਨਕਾਰ ਬਰਾਦਰੀ ਦੀ ਬੇਇੱਜ਼ਤੀ ਕੀਤੀ ਹੈ। ਉਸਨੇ ਪੰਜਾਬ ਵਿੱਚ ਦੇਸ਼ ਦੀ ਸਮੁੱਚੀ ਸਵਰਨਕਾਰ ਬਰਾਦਰੀ ਨੂੰ ਕਮਜ਼ੋਰ ਸਮਝਦੇ ਹੋਏ ਅਤੇ ਖੁਦ ਨੂੰ ਬਹੁਤ ਵੱਡਾ ਪਾਵਰਫੁਲ ਵਿਅਕਤੀ ਸਮਝਦੇ ਹੋਏ ਇਸ ਕਾਰਨ ਘਟੀਆ ਸ਼ਬਦਾਂ ਦੀ ਵਰਤੋਂ ਕੀਤੀ ਹੈ। ਜਦੋਂ ਕਿ ਕਾਂਗਰਸ ਪਾਰਟੀ ਦਾ MLA ਗਿੱਲ ਹੈ, ਉਸ ਦਾ ਨਾ ਤਾਂ ਸਵਰਨਕਾਰ ਬਰਾਦਰੀ ਨਾਲ ਤਲਕ ਹੈ, ਨਾ ਹੀ ਰਾਮਗੜੀਆ ਮਿਸਤਰੀ ਨਾਲ ਉਸ ਦਾ ਤਲਕ ਹੈ। ਸਵਰਨਕਾਰ ਜਾਤੀ ਦਾ ਨਾਮ ਪੰਜਾਬ ਦੇ ਅਤੇ ਦੇਸ਼ ਦੇ ਵਿਦੇਸ਼ਾਂ ਵਿੱਚ ਸਨਮਾਨ ਸਹਿਤ ਲਿਆ ਜਾਂਦਾ ਹੈ। ਸਾਡੀ ਬਰਾਦਰੀ ਦੇ ਹਿੰਦੂ ਸਿੱਖ ਧਰਮਾਂ ਵਿੱਚ ਆਜ਼ਾਦੀ ਸਮੇਂ ਸਮਾਜ ਸੇਵਾਵਾਂ ਵਿੱਚ ਬਹੁਤ ਵੱਡੇ ਅਤੇ ਮਹਾਨ ਵਿਅਕਤੀ ਭਾਈ ਗੁਲਾਬ ਸਿੰਘ, ਭਾਈ ਪ੍ਰਤਾਪ ਸਿੰਘ ਕੜਵਲ, ਮਾਤਾ ਕਿਸ਼ਨ ਕੌਰ, ਸੰਤ ਅਜਮੇਰ ਸਿੰਘ ਵਰਗੇ ਬਹੁਤ ਮਹਾਨ ਸ਼ੂਰਵੀਰ ਯੋਧਿਆਂ ਨੇ ਕੁਰਬਾਨੀਆਂ ਅਤੇ ਸੇਵਾਵਾਂ ਦਿੱਤੀਆਂ ਹਨ। ਪੰਜਾਬ ਵਿੱਚ ਸਵਰਨਕਾਰ ਬਰਾਦਰੀ ਦੇ ਕਰੀਬ 15 ਲੱਖ ਤੋਂ ਵੱਧ ਵੋਟਰ ਹਨ, ਜਿਨ੍ਹਾਂ ਦਾ ਪੰਜਾਬ ਸਰਕਾਰ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ 92 MLA ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੈ। ਪਰੰਤੂ ਇਸ ਵਿਅਕਤੀ ਨੇ ਬਿਨਾਂ ਵਜ੍ਹਾ ਤੋਂ ਘਟੀਆ ਸ਼ਬਦਾਵਲੀ ਦੀ ਵਰਤੋਂ ਕਰਕੇ ਪੰਜਾਬ ਅਤੇ ਦੇਸ਼ ਦੇ ਵਿਦੇਸ਼ਾਂ ਵਿੱਚ ਸਾਡੇ ਰਹਿੰਦੇ ਸਵਰਨਕਾਰ ਕਰੋੜਾਂ ਵਿਅਕਤੀਆਂ ਨੂੰ ਠੇਸ ਪਹੁੰਚਾਈ ਹੈ। ਸਵਰਨਕਾਰ ਦਾ ਕੰਮ ਕਰਨ ਵਾਲੇ ਸੋਨੇ ਚਾਂਦੀ ਦੇ ਗਹਿਣੇ ਬਣਾਉਣ ਦਾ ਕੰਮ ਕਰਦੇ ਹਨ, ਪਰ ਇਹ ਨਹੀਂ ਪਤਾ ਕਿ ਉਕਤ ਟਰਾਂਸਪੋਰਟ ਮੰਤਰੀ ਨੇ ਸੋਨੇ ਦੀਆਂ ਗੁੱਲੀਆਂ ਕਿੱਥੋਂ ਕਢਾਈਆਂ ਹੋਣ। ਵਿਗੜਦੇ ਹੋਏ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਚਾਹੇ ਇਸ ਨੇ ਮੁਆਫ਼ੀ ਮੰਗੀ ਹੈ, ਪਰੰਤੂ ਸਵਰਨਕਾਰ ਸਮਾਜ ਵੱਲੋਂ ਇਸ ਦੀ ਮੁਆਫ਼ੀ ਪ੍ਰਵਾਨ ਨਹੀਂ ਕੀਤੀ ਗਈ ਹੈ। ਦੇਸ਼ ਦੀ ਸਮੁੱਚੀ ਸਵਰਨਕਾਰ ਬਰਾਦਰੀ ਅਤੇ ਪੰਜਾਬ ਦੇ ਕਰੀਬ 15 ਲੱਖ ਵੋਟਰਾਂ ਵੱਲੋਂ ਪੰਜਾਬ ਸਵਰ ਦੀਆਂ ਵਪਾਰਿਕ ਜਥੇਬੰਦੀਆਂ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਜਿਸ ਅਹੰਕਾਰੀ ਨੇ ਇੰਨੀ ਘਟੀਆ ਸ਼ਬਦਾਵਲੀ ਵਰਤੀ ਹੈ ਅਤੇ ਉਸਨੂੰ ਇਹ ਵੀ ਲਿਆਕਤ ਨਹੀਂ ਹੈ ਕਿ ਉਹ ਸਾਡੇ ਸਮਾਜ ਦੀਆਂ ਸਨਮਾਨਯੋਗ ਜਾਤੀਆਂ ਦੇ ਪ੍ਰਤੀ ਭੱਦੀ ਅਤੇ ਅਪਮਾਨਜਨਕ ਸ਼ਬਦੀ ਵਰਤ ਰਿਹਾ ਹੈ, ਉਹ ਲੋਕ ਸਭਾ ਵਿੱਚ ਜਾ ਕੇ ਸਾਡੇ ਲਈ ਜਾਂ ਹੋਰ ਜਾਤੀਆਂ ਵਾਸਤੇ ਵੀ ਅਜਿਹੇ ਸ਼ਬਦ ਹੀ ਵਰਤੇਗਾ। ਇਸ ਲਈ ਪੰਜਾਬ ਵਾਸੀਆਂ ਦੇ ਹਿੱਤਾਂ ਲਈ ਅਤੇ ਪੰਜਾਬ ਦੀ ਨੁਮਾਇੰਦਗੀ ਕਰਨ ਦੇ ਯੋਗ ਨਹੀਂ ਹੈ। ਇਸ ਲਈ ਅਜਿਹੇ ਵਿਅਕਤੀ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ, ਇਸ ਦੀ ਟਿਕਟ ਕੈਂਸਲ ਕਰਕੇ ਕਿਸੇ ਹੋਰ ਸੂਝਵਾਨ ਵਿਅਕਤੀ ਨੂੰ ਟਿਕਟ ਦਿੱਤੀ ਜਾਵੇ ਜਿਸ ਦੇ ਮਨ ਵਿੱਚ ਸਾਰੀਆਂ ਜਾਤੀਆਂ ਪ੍ਰਤੀ ਸਨਮਾਨ ਹੋਵੇ। ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਹੈ ਕਿ ਸਰ ਲਾਲਜੀਤ ਸਿੰਘ ਭੁੱਲਰ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਬਹੁਤ ਬਹੁਤ ਧੰਨਵਾਦ ਜੀ। ਪਰ ਮੁੱਖ ਮੰਤਰੀ ਵੱਲੋਂ ਹੋਰ ਨੂੰ ਤਾਂ ਹਜੇ ਟਵੀਟ ਕੀਤਾ ਜਾਂਦਾ ਜੋ ਕਮੈਂਟ ਕੀਤੇ ਜਾਂਦੇ, ਪਰ ਇਹਨਾਂ ਤੇ ਹਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਗਿਆ। ਹਾਲੇ ਤੱਕ ਕੋਈ ਬਿਆਨ ਆਇਆ ਨਹੀਂ ਹੈ ਜੀ। ਇਸ ਦਾ ਬਹੁਤ ਵੱਡਾ ਰੋਸ ਆ, 12 ਤਰੀਕ ਤੋਂ ਬਾਅਦ 13 ਤੇ 14 ਦੋ ਦਿਨ ਬੀਤ ਚੁੱਕੇ ਹਨ, ਲੇਕਿਨ ਮੁੱਖ ਮੰਤਰੀ ਸਾਹਿਬ ਨੇ ਹਾਲੇ ਤੱਕ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਵੀ ਇਹ ਕਿਉਂ ਹੋਇਆ, ਕਿਉਂ ਕੀਤਾ ਗਿਆ ਹੈਗਾ। ਜਦੋਂ ਕਿ ਸਾਡੇ ਇੰਨੇ ਵੋਟਰ ਹਨ, ਅਸੀਂ ਇੱਕ ਨੋਨ ਪੋਲੀਟੀਕਲ ਸੰਸਥਾ ਹੈ ਸਾਡੀ, ਸਾਡੀ ਸਵਰਨਕਾਰ ਬਰਾਦਰੀ ਨੋਨ ਪੋਲੀਟੀਕਲ ਸੰਸਥਾ ਹੈ, ਪੰਜਾਬ ਸਵਰਨਕਾਰ ਸੰਘ, ਅਖਿਲ ਭਾਰਤੀ ਸਵਰਨਕਾਰ ਸੰਘ। ਅਸੀਂ ਸਾਰੀਆਂ
ਪੋਲੀਟੀਕਲ ਪਾਰਟੀਆਂ ਦਾ ਸਨਮਾਨ ਕਰਦੇ ਹਾਂ, ਸਾਰੀਆਂ ਧਰਮ ਦਾ, ਸਾਰੇ ਜਾਤੀਆਂ ਦਾ ਸਨਮਾਨ ਕਰਦੇ ਹਾਂ, ਲੇਕਿਨ ਪਤਾ ਨਹੀਂ ਕਿਉਂ ਉਸਨੇ ਕਿਸ ਰੰਜਿਸ਼ ਦੇ ਵਿੱਚ ਸਾਡੀ ਜਾਤੀ ਨੂੰ ਟੀਚਾ ਬਣਾ ਕੇ ਇੰਨਾ ਇਨਸਲਟ ਕੀਤੀ ਹੈ। ਜੇ ਮੁੱਖ ਮੰਤਰੀ ਜੀ ਫਿਰ ਵੀ ਤੁਹਾਡੀ ਮੰਗ ਨਹੀਂ ਮੰਨਦੇ ਤਾਂ ਫਿਰ ਅਗਲਾ ਅੱਗੇ ਇਸ ਤਰ੍ਹਾਂ ਹੈ ਜੀ, ਇਹ ਕੋਈ ਮੈਟਰ ਛੋਟਾ ਨਹੀਂ ਹੈ ਜੀ, ਇਹ ਨੈਸ਼ਨਲ ਨਾਲ ਸਾਡਾ ਲਿੰਕਡ ਹੈਗਾ, ਕਿਉਂਕਿ ਸਵਰਨਕਾਰ ਜਾਤੀ ਹੈ ਜਿਹੜੀ ਪੰਜਾਬ ਦੇ ਵਿੱਚ ਅਤੇ ਦੇਸ਼ ਵਿਦੇਸ਼ਾਂ ਦੇ ਵਿੱਚ ਸਾਰੇ 'ਚ ਫੈਲੀ ਹੋਈ ਹੈ। ਸਾਡੇ ਕੋਲ ਹਰ ਤਰ੍ਹਾਂ ਦੇ ਮੈਸੇਜ ਆ ਰਹੇ ਹਨ, ਪੰਜਾਬ ਦੇ ਸਾਰੇ ਜ਼ਿਲ੍ਹੇ, ਪੰਜਾਬ ਦੇ ਸਾਰੇ ਸ਼ਹਿਰ, ਮੰਡੀਆਂ, ਕਸਬਿਆਂ ਦੇ ਵਿੱਚੋਂ ਮੈਸੇਜ ਆ ਰਹੇ ਹਨ। ਵਿਅਕਤੀ ਬਹੁਤ ਮੇਰੇ ਪਾਸ ਮਿਲਣ ਵਾਸਤੇ ਆਏ ਹਨ ਕਿ ਸਭ ਮੈਂਬਰ ਕਹਿ ਰਹੇ ਹਨ ਕਿ ਸਾਡੇ ਨਾਲ ਬਹੁਤ ਵੱਡਾ ਧੱਕਾ ਹੋਇਆ ਹੈ, ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਕਰਨਾ ਚਾਹੀਦਾ ਹੈ ਇਸ 'ਤੇ ਤੁਰੰਤ ਐਕਸ਼ਨ। ਲੇਕਿਨ ਫਿਰ ਵੀ ਅਗਰ ਉਹ ਐਕਸ਼ਨ ਨਹੀਂ ਕਰਦੇ ਤਾਂ ਸਾਡਾ ਅੱਗੇ ਕੀ ਕਾਰਵਾਈ ਆ ਉਹ ਸਾਡੇ ਜਨਰਲ ਮੀਟਿੰਗ ਦੇ ਵਿੱਚ ਡਿਸਾਈਡ ਕੀਤਾ ਜਾਊਗਾ। ਉਹਨਾਂ ਨੇ ਹੁਣ ਮਾਫੀ ਵੀ ਮੰਗ ਲਈ ਹੈ, ਕਹਿੰਦੇ ਵੀ ਜਜ਼ਬਾਤੀ ਹੋ ਕੇ ਮੈਂ ਤੇ ਸ਼ਬਦ ਨਹੀਂ ਜੀ, ਇਹ ਕੋਈ ਮਾਫੀ ਨਹੀਂ ਹੈਗੀ ਇਸ ਤਰ੍ਹਾਂ ਦਾ ਸ਼ਬਦ ਤਾਂ ਕੋਈ ਵੀ ਕਦੇ ਕਿਸੇ ਨੂੰ ਕਹਿ ਦੇ ਤੇ ਉਸ ਤੋਂ ਬਾਅਦ ਕਹਿ ਦੇ ਸੌਰੀ, ਇਹ ਕੋਈ ਤਰੀਕਾ ਨਹੀਂ ਹੈ। ਇੱਕ ਰਿਸਪੋਨਸੀਬਲ ਮੈਂਬਰ ਆ, ਉਸ ਨੂੰ ਇਹ ਚਾਹੀਦਾ ਵੀ ਕਿਸ ਦੇ ਖਿਲਾਫ ਕੀ ਬੋਲ ਰਿਹਾ ਹੈਗਾ, ਸੋਚ ਸਮਝ ਹੋਣੀ ਚਾਹੀਏ। ਕੱਲ ਨੂੰ ਪਾਰਲੀਮੈਂਟ ਦੇ ਵਿੱਚ ਵੀ ਜਾਣਾ, ਅੱਜ ਅਸੈਂਬਲੀ ਦੇ ਵਿੱਚ ਕੈਬਨਿਟ ਮਿਨਿਸਟਰ ਹੈਗੇ ਉਹ, ਕੱਲ ਨੂੰ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਜਾਣਾ ਹੈਗਾ, ਉੱਥੇ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਿਸ ਤਰ੍ਹਾਂ ਕਰਨਗੇ ਔਰ ਕਿਵੇਂ ਰੱਖਿਆ ਕਰਨਗੇ ਸਾਡੀ, ਉੱਥੇ ਵੀ ਸਾਡੇ ਕਦੇ ਕਿਸੇ ਨੂੰ ਕਦੇ ਕਿਸੇ ਜਾਤੀ ਦੀ ਬੇਇੱਜ਼ਤੀ ਕਰਨਗੇ। ਇਸ ਕਰਕੇ ਅਜਿਹੇ ਵਿਅਕਤੀ ਨੂੰ ਜਿਹੜਾ ਸਾਡਾ ਨੁਮਾਇੰਦਾ ਬਣਾ ਕੇ ਪਾਰਲੀਮੈਂਟ 'ਚ ਭੇਜਣਾ ਚਾਹੀਦਾ, ਜਿਨ੍ਹਾਂ ਨੂੰ ਬੋਲਣ ਦਾ ਸਹੀ ਤਰੀਕਾ ਹੋਵੇ, ਸਹੀ ਲਹਿਜਾ ਹੋਵੇ, ਹਰ ਇੱਕ ਮੈਂਬਰ ਦੀ ਸਨਮਾਨ ਕਰਨ ਦੀ ਉਹਦੇ ਵਿੱਚ ਮਨ ਦੇ ਵਿੱਚ ਭਾਵਨਾ ਹੋਵੇ। ਨਹੀਂ ਜੀ, ਹੋਰ ਕੋਈ ਸਾਡੇ ਖਿਲਾਫ ਕਦੇ ਬੋਲਦਾ ਨਹੀਂ ਹੈ ਜੀ, ਕਦੇ ਕਿਸੇ ਹੋਰ ਬੋਲਦਾ ਭਗਵੰਤ ਮਾਨ ਦਾ ਫਿਰ ਵੀ ਇਹੀ ਐਕਸ਼ਨ ਹੋਣਾ ਜੀ ਹੁਣ। ਨਹੀਂ ਜੀ, ਇਹ ਪਤਾ ਨਹੀਂ ਹੈ ਉਹਨਾਂ ਦੇ ਕੋਲੇ ਸਮਾਂ ਨਹੀਂ ਸੀ, ਜਾਂ ਉਹਨਾਂ ਨੇ ਇਸ ਵਕਤ ਇਸ ਵਿਸ਼ੇ ਤੇ ਵਿਚਾਰ ਨਹੀਂ ਕਰ ਸਕੇ, ਮੈਂ ਕਹਿ ਨਹੀਂ ਸਕਦਾ, ਕਿਉਂਕਿ ਉਹਨਾਂ ਦਾ ਹਲੇ ਤੱਕ ਕੋਈ ਵੀ ਵਿਚਾਰ ਆਇਆ ਨਹੀਂ ਸਾਡੇ ਸਾਹਮਣੇ, ਕਿਸੇ ਵੀ ਪ੍ਰੈਸ ਮੀਡੀਆ ਨੂੰ ਉਹਨਾਂ ਨੇ ਹਲੇ ਤੱਕ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਹੈ ਵੀ ਇਹ ਕਿਉਂ ਹੋਇਆ ਹੈ, ਕਿਉਂਕਿ ਜੋ ਕੁਝ ਹੋਇਆ ਹੈਗਾ ਉਹ ਬਹੁਤ ਗਲਤ ਹੋਇਆ ਹੈ। ਲੇਕਿਨ ਸਾਡੇ ਮੁੱਖ ਮੰਤਰੀ ਸਾਹਿਬ ਇਸ ਨੂੰ ਕਿਸ ਤਰ੍ਹਾਂ ਸਪਸ਼ਟੀਕਰਨ ਦਿੰਦੇ ਆ ਉਹ ਹਲੇ ਸਾਹਮਣੇ ਆਊਗਾ। ਉਸ ਤੋਂ ਬਾਅਦ ਸਾਡੀ ਸੰਸਥਾ ਜਿਹੜੀ ਹੈਗੀ ਹੈਗੀ ਨੈਸ਼ਨਲ ਸੰਸਥਾ ਹੈ, ਸਾਡੀ ਵਿਦੇਸ਼ਾਂ 'ਚ ਵੀ ਸਾਡੇ ਸਵਰਨਕਾਰ ਭਰਾ ਬੈਠੇ ਨੇ, ਹਰ ਸਟੇਟ ਦੇ ਵਿੱਚ ਬੈਠੇ ਨੇ, ਉਹਨਾਂ ਵੱਲੋਂ ਵਿਚਾਰ ਲਏ ਜਾਣਗੇ, ਕਿਉਂਕਿ ਜੋ ਇਨਸਲਟ ਕੀਤੀ ਗਈ ਹੈ ਸਮੁੱਚੀ ਸਵਰਨਕਾਰ ਬਰਾਦਰੀ ਦੀ ਕੀਤੀ ਗਈ ਹੈ, ਇੱਕ ਵਿਅਕਤੀ ਦੀ ਨਹੀਂ ਹੈ ਇਹ। ਅੱਗੇ ਐਕਸ਼ਨ ਵਾਸਤੇ ਅਸੀਂ ਡਿਸਾਈਡ ਕਰਾਂਗੇ ਜੀ, ਫਿਲਹਾਲ ਤਾਂ ਅਸੀਂ ਇਹੀ ਮੰਗਦੇ ਹਾਂ ਕਿ ਅਜਿਹੇ ਵਿਅਕਤੀ ਨੂੰ ਅੱਗੇ ਪਾਰਲੀਮੈਂਟ ਭੇਜਣ ਦਾ ਕੀ ਫਾਇਦਾ, ਜਿਹੜੇ ਬੰਦੇ ਇੰਨੀ ਇਨਸਲਟ ਤੇ ਇੰਨੇ ਭਾਵ ਗਲਤ ਸ਼ਬਦਾਂ ਦੀ ਵਰਤੋਂ ਕਰਦੇ ਆ, ਉੱਥੇ ਜਾ ਕੇ ਵੀ ਇਹੋ ਜਿਹਾ ਕੁਛ ਹੀ ਕਰਨਗੇ ਇਹ। ਹਲੇ ਤੱਕ ਅਸੀਂ ਕੋਈ ਸਮਾਬੰਧ ਨਹੀਂ ਕੀਤਾ ਹੈ ਜੀ ਹਲੇ ਤੱਕ, ਲੇਕਿਨ ਅਸੀਂ ਵੇਟ ਕਰਦੇ ਹਾਂ, ਇੰਤਜ਼ਾਰ ਕਰਦੇ ਹਾਂ, ਕਿਉਂਕਿ ਮੁੱਖ ਮੰਤਰੀ ਸਾਹਿਬ ਦੇ ਰੁਝੇਵੇਂ ਬਹੁਤ ਹਨ, ਉਹਨਾਂ ਨੂੰ ਆਪਣੇ ਰੁਝੇਵਿਆਂ ਵਿੱਚੋਂ ਕਦੋਂ ਉਹ ਸਮਾਂ ਕੱਢ ਕੇ ਸਾਡੇ ਨਾਲ ਇਸ ਵਿਸ਼ੇ ਤੇ ਡਿਸਕਸ ਕਰਦੇ ਆ, ਜਾਂ ਸਾਨੂੰ ਕੀ ਸਟੇਟਮੈਂਟ ਉਹ ਦਿੰਦੇ ਆ, ਉਹਨਾਂ ਨੇ ਕੀ ਐਕਸ਼ਨ ਕਰਨਾ ਹੈ, ਅਸੀਂ ਹਲੇ ਤੱਕ ਕੋਈ ਟਾਈਮ ਫਿਕਸ ਨਹੀਂ ਕੀਤਾ ਹੈ ਵੀ ਇੱਕ ਦਿਨ, ਦੋ ਦਿਨ ਜਾਂ ਤਿੰਨ ਦਿਨ ਦਾ ਅਸੀਂ ਸਮਾਂ ਫਿਕਸ ਨਹੀਂ ਕੀਤਾ, ਉਹਨਾਂ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ, ਕਿਉਂਕਿ ਸਾਡੀ ਆਵਾਜ਼ ਜੋ ਹਲੇ ਤੱਕ ਧੀਮੀ ਆਵਾਜ਼ ਸੀ ਉਹ ਪ੍ਰੈਸ ਮੀਡੀਆ ਰਾਹੀਂ, ਇਲੈਕਟ੍ਰੋ ਮੀਡੀਆ ਰਾਹੀਂ ਸੀਐਮ ਸਾਹਿਬ ਦੇ ਕੋਲ ਅੱਜ ਪਹੁੰਚੂਗੀ, ਉਸ ਤੋਂ ਬਾਅਦ ਉਹ ਕੀ ਐਕਸ਼ਨ ਕਰਦੇ ਆ, ਕੀ ਕਾਰਵਾਈ ਕਰਦੇ ਆ, ਇਹਦਾ ਇੰਤਜ਼ਾਰ ਕਰਾਂਗੇ ਅਸੀਂ।